ਹਿਸਾਰ ਦੇ ਕੈਮਰੀ ਪਿੰਡ ਵਿੱਚ ਇੱਕ ਨਿਰਮਾਣ ਅਧੀਨ ਗਿਰਜਾ ਘਰ ਦੇ ਵਿੱਚ ਕੁਝ ਲੋਕਾਂ ਨੇ ਤੋੜਫੋੜ ਕੀਤੀ ਅਤੇ ਕ੍ਰਾਸ ਦੀ ਜਗ੍ਹਾ ਤੇ ਭਗਵਾਨ ਹਨੂਮਾਨ ਦੀ ਮੂਰਤੀ ਰੱਖ ਦਿੱਤੀ ਸੀ। ਉੱਥੇ ਹੀ ਚਰਚ ਦੇ ਫਾਦਰ ਸੁਭਾਸ਼ ਚਾਂਦ ਨੇ 14 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ IPC ਦੀ ਧਾਰਾ 147, 153A, 295, 380 ਅਤੇ 506 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਪੂਰੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਕ੍ਰਾਸ ਨੂੰ ਤੋੜ ਕੇ ਉੱਥੇ ਭਗਵਾਨ ਹਨੂੰਮਾਨ ਦੀ ਮੂਰਤੀ ਅਤੇ ਭਗਵਾਨ ਰਾਮ ਦੇ ਚਿੱਤਰ ਵਾਲਾ ਇੱਕ ਝੰਡਾ ਲਗਾ ਦਿੱਤਾ ਸੀ ਅਤੇ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਚਿਤ ਕਾਰਵਾਈ ਦੇ ਹੁਕਮ ਦਿੱਤੇ ਨੇ। ਇਸ ਕੋ ਕਿਸੀ ਤਰ੍ਹਾਂ ਦੇਖ ਲਓ ਆਪ, ਫਾਲਤੂ ਕਾ ਹੀ ਤੂਲ ਦੇ ਦਿਆ ਗਿਆ ਮਾਮਲੇ ਕਾ, ਐਸੀ ਕੋਈ ਬਾਤ ਨਹੀਂ ਹੈ। ਗਾਂਵ ਮੇਂ ਬਿਲਕੁਲ ਅਮਨ ਸ਼ਾਂਤੀ। ਹਾਂ, ਇਹ ਪਹਿਲੇ ਸਭ ਸੇ ਪਹਿਲੇ ਉਹ ਬਜਰੰਗ ਦਲ ਵਾਲੇ ਕੋਈ ਆਏ ਥੇ ਜੀ, ਉਹ ਮੇਰੇ ਪਾਸ ਵੀ ਗਏ ਥੇ, ਬੋਲੇ ਜੀ ਆਪਕੇ ਗਾਂਵ ਮੇਂ ਇਸ ਤਰ੍ਹਾਂ ਜੋ ਹੈ ਚਰਚ ਕਾ ਕੋਈ ਨਿਰਮਾਣ ਹੋ ਰਹਾ ਹੈ। ਲਗਾ ਨਾ ਮੇਰੇ ਕੋਲ ਵੀ ਕੋਈ ਸੰਗਿਆਨ ਨਹੀਂ ਹੈ ਇਸ ਬਾਤ ਕਾ, ਲੇਕਿਨ ਸਭ ਮਨਾ ਕਰ ਦਿਆ ਥਾ, ਬੋਲੇ ਮਕਾਨ ਬਣਾਇਆ, ਐਸੀ ਕੋਈ ਬਾਤ ਨਹੀਂ ਹੈ। ਤੋ ਬੋਲੇ ਅਬ ਯਹਾਂ ਕੋਈ ਧਰਮ ਪਰਿਵਰਤਨ ਕੋਈ ਐਸੀ ਕੋਈ ਬਾਤ ਇਹ ਕੋਸ਼ਿਸ਼ ਕਰ ਰਹਾ ਹੈ, ਉਸਕੋ ਪੁੱਛਾ ਥਾ, ਵੋ ਬੁਲਾ ਵੀ ਲਿਆ ਥਾ ਵਹਾਂ ਮੀਟਿੰਗ ਮੇਂ, ਬੋਲਣਾ ਜੀ ਐਸੀ ਕੋਈ ਬਾਤ ਨਹੀਂ। ਫਾਰਚੁਨੇਟ ਹੈ, ਹਮੇਂ ਲਗਤਾ ਹੈ ਕਿ ਧਾਰਮਿਕ ਸਥਲੋਂ ਪਰ ਇਸ ਤਰ੍ਹਾਂ ਕੀ ਘਟਨਾਏ ਹੋ ਇਹ ਠੀਕ ਨਹੀਂ ਹੈ, ਔਰ ਅਗਰ ਕਹੀਂ ਪਰ ਵੀ ਹੋਈ ਹੈ ਤੋ ਜੋ ਰਾਜ ਸਰਕਾਰ ਹੈ ਉਸਕੋ ਕੜੀ ਕਾਰਵਾਈ ਕਰਨੀ ਚਾਹੀਦੀ। ਇਹ ਸੰਘ ਪਰਿਵਾਰ ਕੀ ਸੋਚੀ ਸਮਝੀ ਔਰ ਤਿਆਰ ਕੀ ਗਈ ਸਕ੍ਰਿਪਟ ਕਾ ਹਿੱਸਾ ਹੈ, ਕਭੀ ਮੁਸਲਮਾਨੋ ਕੇ ਖਿਲਾਫ, ਕਭੀ ਕ੍ਰਿਸਚਨਸ ਕੇ ਖਿਲਾਫ, ਔਰ ਕਭੀ ਡੇਰਾ ਪ੍ਰਮੁੱਖ ਕੇ ਜ਼ਰੀਏ ਸਿੱਖੋ ਕੇ ਖਿਲਾਫ ਨਿੰਦਾ ਅਭਿਆਨ ਚਲਾਇਆ ਜਾਏ। ਕਿਸੀ ਕੇ ਵੀ ਧਾਰਮਿਕ ਜੋ ਵਿਚਾਰ ਹੋ, ਉਨਕੀ ਆਸਥਾ ਹੋ, ਉਨਕੇ ਧਾਰਮਿਕ ਸਥਲ ਹੋ, ਉਸਕੇ ਵਿਰੋਧ ਮੇਂ ਕਿਸੀ ਕੋ ਵੀ ਨਹੀਂ ਉਤਰਨਾ ਚਾਹੀਏ, ਔਰ ਇਸ ਪ੍ਰਕਾਰ ਕੀ ਘਟਨਾ ਹੈ ਤੋ ਬਿਲਕੁਲ ਹੀ ਨਹੀਂ ਹੋਣੀ ਚਾਹੀਏ। ਜਹਾਂ ਤੱਕ ਹਰਿਆਣਾ ਸਰਕਾਰ ਕੀ ਬਾਤ ਹੈ, जो सूचना मिल रही है उन्होंने शायद कार्रवाई ऑलरेडी शुरू कर दी और कई लोगों को हिरासत में भी शायद लिया है। किसी भी धर्म विशेष के खिलाफ या उनके धर्म स्थल के तोड़ने का या वहाँ कोई दूसरी धर्म की मूर्ति स्थापित करना, मैं समझता हूँ कि ये हमारे धार्मिक के भावना के भी खिलाफ है और साथ साथ हमारे संविधान के भी खिलाफ है। इसलिए जो लोग ये कर रहे हैं ये देश की एकता को भंग करने की कोशिश कर रहे हैं, तोड़ने की कोशिश कर रहे हैं। दोनों घटनाएं के पीछे एक तरह की ही है धार्मिक धर्मांधता है और थियोक्रेटिक स्टेट की बात है। तो दोनों, दिल्ली में जिस तरह से गिरजाघरों पर हमला हुआ और पाकिस्तान लाहौर में जिस तरह से कल हुआ, तो ये दोनों विचार एक ही है, अलग अलग व्यक्ति अलग अलग है, उसका लबादा वो अलग ओढ़े हुए है। खबरां दी दुनिया विच आओ, साडे नाल कदे भी किते भी जुड़ो। आपा मिलांगे फेसबुक ते, असी दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।